ਅੰਮ੍ਰਿਤਸਰ ਦੇ ਕੱਥੂ ਨੰਗਲ ਦੇ ਨਾਲ ਲੱਗਦੇ ਪਿੰਡ ਸਰਹਾਲਾ ਵਿਖੇ ਮੌਜੂਦਾ ਲੰਬੜਦਾਰ ਨੂੰ ਉਸਦੇ ਪਿੰਡ ਵਾਲੇ ਇੱਕ ਫੌਜੀ ਵੱਲੋਂ ਗੋਲੀਆਂ ਮਾਰ ਦਿੱਤੀਆਂ। ਸਕੂਲ ਦੇ ਵਿੱਚ ਛੋਟੇ ਬੱਚਿਆਂ ਦੀ ਹੋਈ ਲੜਾਈ ਨੂੰ ਲੈ ਕੇ ਇਹ ਤਕਰਾਰ ਇੰਨੀ ਵੱਧ ਗਈ ਕਿ ਫੌਜੀ ਵੱਲੋਂ ਗੋਲੀਆਂ ਚਲਾ ਦਿੱਤੀਆਂ। 4 ਤੋਂ 5 ਗੋਲੀਆਂ ਲੰਬੜਦਾਰ ਦੇ ਲੱਗੀਆਂ, ਜਿਸ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਭੇਜਿਆ ਗਿਆ ਹੈ ਅਤੇ ਇਲਾਜ ਦੌਰਾਨ ਲੰਬੜਦਾਰ ਦੀ ਮੌਤ ਹੋ ਗਈ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ। ਦੇਖੋ ਭਗਵੰਤ ਮਾਨ ਸਾਹਿਬ, ਅਸੀਂ ਵੀ NRI ਆ, ਮੈਂ ਦੁਬਈ ਰਹਿੰਦਾ ਵਾਂ, ਪਰ ਭਾਅ ਜੀ ਉੱਥੇ ਇਹ ਕੰਮ ਨਹੀਂ ਜੇ ਹੁੰਦਾ। ਉੱਥੇ ਮਾੜਾ ਜਿਹਾ ਵੀ ਕੰਮ ਹੁੰਦਾ ਵਾ ਤੇ ਉੱਥੇ ਬਿਲਕੁਲ ਜਿਹੜਾ ਇਨਸਾਫ ਇਨਸਾਫ ਹੁੰਦਾ ਵਾ, ਪਰ ਇਹ ਭਾਅ ਜੀ ਗਲਤ ਹੋਇਆ ਜੀ। ਸਾਡੇ ਫੁੱਫੜ ਜੀ ਹੁਣ ਦੇਖੋ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ, ਤੇ ਉਹਨਾਂ ਦੇ ਵੀ ਦੋ ਬੇਟੇ ਜਿਹੜੇ ਆ NRI ਨੇ, ਦੋਨੋਂ ਬਾਹਰ ਆ, ਤੇ ਛੋਟਾ ਬੇਟਾ ਹੁਣ ਆਇਆ ਵਾ ਤੇ ਵੱਡੇ ਦਾ ਉਹਨਾਂ ਦਾ ਪਤਾ ਨਹੀਂ, ਕਿਉਂਕਿ ਉਹ ਪੱਕੇ ਨਹੀਂ ਹੈਗੇ ਉੱਥੇ ਬਾਹਰ ਪੁਰਤਗਾਲ ਦੇ ਵਿੱਚ, ਉਹ ਆ ਨਹੀਂ ਸਕਦੇ, ਤੇ ਘਰ ਦਾ ਪਾਸਾ ਹੀ ਪਲਟ ਗਿਆ ਜੀ। ਪਰ ਭਗਵੰਤ ਮਾਨ ਸਾਹਿਬ, ਅਸੀਂ ਤੁਹਾਨੂੰ ਇਹੋ ਰਿਕੁਐਸਟ ਕਰਦੇ ਹਾਂ ਕਿ ਸਰ ਪਲੀਜ਼ ਇਹ ਪੰਜਾਬ ਵੱਲ ਧਿਆਨ ਦਿਓ, ਕਿਉਂਕਿ ਪੰਜਾਬ ਸਾਡਾ ਉੱਜੜਦਾ ਜਾ ਰਿਹਾ ਜੀ। ਇੱਕ ਤਾਂ ਨਸ਼ਿਆਂ ਨੇ ਜਾੜਦਾ ਜੀ, ਦੂਜਾ ਜਿਹੜੀ ਗੁੰਡਾਗਰਦੀ ਇਹ ਆਪਣੇ ਬਹੁਤ ਵੱਧ ਗਈ ਹੈ ਜੀ। ਆਪਾਂ ਤਾਂ ਇਹੋ ਅਪੀਲ ਕਰਦੇ ਹਾਂ ਜੀ। ਉੱਥੋਂ ਆਪਣਾ ਜਿਹੜਾ ਸੀਗਾ ਆਇਆ ਸੀ ਫਾਦਰ ਅਮਨਪ੍ਰੀਤ, ਉਹਦੇ ਨਾਲ 5 ਜਣੇ ਸੀ, ਉਹ ਇੱਥੇ ਆਏ ਸੀ ਕੋਈ ਇਹਨਾਂ ਨਾਲ ਗੱਲਬਾਤ ਕਰਨ। ਉਹਨੇ ਇਹਦੇ ਮਹਿੰਦਰ ਭਗਵੰਤ ਸਿੰਘ ਦੇ ਆਪਣਾ ਫਾਇਰ ਮਾਰਤਾ ਤੇ FIR ਨੰਬਰ ਦਰਜ ਕਰ ਲਈ ਆ ਤੇ ਬੰਦੇ ਆਪਣਾ ਕੱਢ ਰਹੇ। ਹਾਂਜੀ ਹਾਂਜੀ, ਟਰੇਸ ਹੋ ਗਏ। ਇਹ ਟੋਟਲ ਆਪਣਾ 6 ਜਣੇ ਆਏ। ਮਾਮਲਾ ਜੀ ਹੁਣ ਕਰਦੇ ਹਾਂ ਤਫਤੀਸ਼, ਆਪਣਾ ਕਿੱਥੋਂ ਸ਼ੁਰੂ ਬੱਚਿਆਂ ਦੇ ਜਾਂਦੇ ਲੜਾਈ ਹੋਈ ਛੋਟੀ ਮੋਟੀ ਕਿਤੇ, ਉਹ ਤੋਂ ਆਏ ਇੱਥੇ ਘਰੇ। ਤੁਸੀਂ ਸੁਣਿਆ ਪੁਲਿਸ ਨੇ